ਸੁਮੇਤ ਸੈਣੀ ਅੱਜ ਫਿਰ ਪੇਸ਼ੀ ਦੇ ਵਿੱਚ ਨਹੀਂ ਪਹੁੰਚਿਆ। ਸਿੱਟ ਦੇ ਮੂਰੇ ਲੱਤ ਦੁਖਦੀ ਹੋਣ ਦਾ ਬਹਾਨਾ ਲਾ ਦਿੱਤਾ। ਰਾਹੁਲ ਗਾਂਧੀ ਪੰਜਾਬ ਦੇ ਵਿੱਚ ਟਰੈਕਟਰ ਰੈਲੀਆਂ ਸ਼ੁਰੂ ਕਰ ਰਹੇ ਨੇ, ਪਰ ਅਕਾਲੀ ਦਲ ਨੇ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਬਦਲ ਦਿੱਤਾ। ਕਿਸਾਨਾਂ ਨੇ ਰਿਲਾਇੰਸ ਦੇ ਅਤੇ ਜੀਓ ਦੇ ਬਾਈਕਾਟ ਦੀ ਸ਼ੁਰੂਆਤ ਕਰ ਦਿੱਤੀ ਹੈ। ਯੂਪੀ ਦੇ ਵਿੱਚ ਬਲਾਤਕਾਰ ਪੀੜਤਾ ਦਾ ਪੁਲਿਸ ਨੇ ਪਰਿਵਾਰ ਨੂੰ ਬੰਦੀ ਬਣਾ ਕੇ ਰਾਤ ਨੂੰ 2:30-3 ਵਜੇ ਅੰਤਿਮ ਸੰਸਕਾਰ ਕਰ ਦਿੱਤਾ। ਪੰਜਾਬ ਦੇ ਵਿੱਚ ਔਰਤਾਂ ਦੇ ਨਾਲ ਘਰੇਲੂ ਕਲੇਸ਼ ਦੀਆਂ ਸ਼ਿਕਾਇਤਾਂ ਦੇ ਵਿੱਚ ਵਾਧਾ ਹੋਇਆ। ਪੂਰੇ ਭਾਰਤ ਦੇ ਵਿੱਚ ਔਰਤਾਂ ਖਿਲਾਫ ਅਪਰਾਧ 7% ਵਧਿਆ ਅਤੇ ਹਰ ਦਿਨ 87 ਰੇਪ ਕੇਸ ਦਰਜ ਹੋ ਰਹੇ ਨੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ, ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ ਫਸਿਆ ਹੋਇਆ ਪੰਜਾਬ ਦਾ ਸਾਬਕਾ DGP ਸੁਮੇਧ ਸੈਣੀ, ਉਸ ਦੀ ਗੱਲ ਕਰ ਲਈਏ, ਕਿਉਂਕਿ ਮਟੌਰ ਥਾਣੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ ਪੁਲਿਸ ਦੀ, ਉਸਨੇ ਅੱਜ ਫਿਰ ਸੁਮੇਧ ਸੈਣੀ ਨੂੰ ਬੁਲਾਇਆ ਸੀ। ਅੱਜ ਸਵੇਰੇ 11 ਵਜੇ ਸੱਦਿਆ ਗਿਆ ਸੀ। ਜਾਂਚ ਟੀਮ ਨੇ ਕਿਹਾ ਸੀ ਕਿ ਜਦੋਂ ਪਿਛਲੇ ਦਿਨ ਹੀ ਬੁਲਾਇਆ ਸੀ ਤਾਂ ਉਦੋਂ ਸੁਮੇਧ ਸੈਣੀ ਪਹੁੰਚਿਆ। 200 ਸਵਾਲਾਂ ਦੀ ਲਿਸਟ ਸੀਗੀ ਸਿੱਟ ਦੇ ਕੋਲ, ਪਰ ਹਾਲੇ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਅਣਸੁਲਝੇ ਨੇ। ਉਸ ਦਿਨ ਇਹ ਜਾਣਕਾਰੀ ਮਿਲੀ ਸੀ ਕਿ ਸੁਮੇਧ ਸੈਣੀ ਨੇ ਢੰਗ ਨਾਲ ਕੋਈ ਵੀ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ। ਪਰਸੋਂ ਆਇਆ ਸੀ ਸੁਮੇਧ ਸੈਣੀ, ਅੱਜ ਫਿਰ ਬੁਲਾਇਆ ਗਿਆ ਸੀ, ਪਰ ਸੁਮੇਧ ਸੈਣੀ ਅੱਜ ਫਿਰ ਪੇਸ਼ ਨਹੀਂ ਹੋਇਆ। ਸੁਮੇਧ ਸੈਣੀ ਨੇ ਚਿੱਠੀ ਭੇਜ ਦਿੱਤੀ ਕਿ ਮੇਰੀ ਲੱਤ ਦੁਖਦੀ ਹੈ, ਇਸ ਕਰਕੇ ਮੈਂ ਨਹੀਂ ਆ ਸਕਦਾ। ਦੁਪਹਿਰ 12 ਵਜੇ ਤੱਕ ਵੀ ਸਿੱਟ ਦੇ ਕੋਲ ਪੇਸ਼ ਨਹੀਂ ਹੋਇਆ। ਫਿਰ ਸੈਣੀ ਨੇ ਆਪਣੇ ਵਕੀਲ ਰਾਹੀਂ ਮੋਹਾਲੀ ਪੁਲਿਸ ਨੂੰ ਈਮੇਲ ਦੇ ਉੱਤੇ ਮੈਡੀਕਲ ਭੇਜ ਦਿੱਤਾ, ਕਿਹਾ ਕਿ ਮੈਂ ਬਿਮਾਰ ਹੋਣ ਕਰਕੇ ਮਟੌਰ ਥਾਣੇ ਦੇ ਵਿੱਚ ਪੇਸ਼ ਨਹੀਂ ਹੋ ਸਕਦਾ। ਸੈਣੀ ਨੇ ਆਪਣੀ ਲੱਤ ਵਿੱਚ ਦਰਦ ਹੋਣ ਦੀ ਦੁਹਾਈ ਦੇ ਦਿੱਤੀ, ਪਰ ਥਾਣੇ ਦੇ ਵਿੱਚ ਸਿੱਟ ਮੁਖੀ SP ਹਰਮਨਦੀਪ ਸਿੰਘ ਹਾਂਸ, DSP ਬਿਕਰਮਜੀਤ ਸਿੰਘ ਬਰਾੜ ਅਤੇ SHO ਰਾਜੀਵ ਕੁਮਾਰ ਮੌਜੂਦ ਸੀਗੇ। ਸਵੇਰ ਤੋਂ ਹੀ ਉਹਨਾਂ ਨੂੰ ਲੱਗਦਾ ਸੀ ਕਿ ਸੁਮੇਧ ਸੈਣੀ ਪਰਸੋਂ ਆਇਆ, ਅੱਜ ਵੀ ਆਏਗਾ, ਪਰ ਸੁਮੇਧ ਸੈਣੀ ਨਹੀਂ ਆਇਆ। ਉਸ ਤੋਂ ਬਾਅਦ ਜਿਹੜੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਕੀਲ ਨੇ ਸਰਤੇਜ ਸਿੰਘ ਨਰੂਲਾ, ਉਹਨਾਂ ਨੇ ਇੱਕ ਹੋਰ ਜਾਣਕਾਰੀ ਜਿਹੜੀ ਕੱਢ ਕੇ ਲਿਆਂਦੀ ਹੈ। ਉਹ ਕਹਿੰਦੇ ਜਿਹੜਾ ਸੁਮੇਧ ਸੈਣੀ ਨੇ ਆਪਦਾ ਮੈਡੀਕਲ ਭੇਜਿਆ ਹੈ ਉਹਦੇ ਵਿੱਚ ਨਾ ਹੀ ਤਾਂ ਸੈਣੀ ਦੇ ਦਸਤਖਤ ਨੇ, ਨਾ ਹੀ ਹਸਪਤਾਲ ਦੀ ਮੋਹਰ ਹੈ, ਅਤੇ ਨਾ ਹੀ ਕਿਸੇ ਡਾਕਟਰ ਦਾ ਨਾਮ ਹੈ, ਨਾ ਹੀ ਸੈਣੀ ਦਾ ਪਤਾ ਲਿਖਿਆ ਹੋਇਆ। ਜਿਹੜਾ ਸੈਣੀ ਦੇ ਵਕੀਲ ਨੇ ਮੈਡੀਕਲ ਭੇਜਿਆ ਹੈ ਪੰਜਾਬ ਪੁਲਿਸ ਨੂੰ, ਜਾਂ ਕਹਿ ਲਈਏ ਕਿ ਮਟੌਰ ਥਾਣੇ ਨੂੰ, ਇਹ ਸਰਤੇਜ ਸਿੰਘ ਨਰੂਲਾ ਨੇ ਕਿਹਾ ਹੈ ਕਿ ਨੋਟਿਸ ਦੇ ਕੇ ਬੁਲਾਇਆ ਗਿਆ, ਪਰ ਸਿਹਤ ਖਰਾਬ ਹੋਣ ਦਾ ਕਹਿ ਕੇ ਉਸਨੇ ਪੇਸ਼ੀ ਤੋਂ ਨਾ ਕਰ ਦਿੱਤੀ। ਪਰ ਹੈਰਾਨੀ ਦੀ ਗੱਲ ਹੈ ਕਿ ਉਸਦੇ ਵਕੀਲ ਨੇ ਜਿਹੜਾ ਮੈਡੀਕਲ ਸਰਟੀਫਿਕੇਟ ਭੇਜਿਆ ਉਸ 'ਤੇ ਨਾ ਹਸਪਤਾਲ ਦਾ ਨਾਮ, ਨਾ ਸੈਣੀ ਦੇ ਸਾਈਨ, ਨਾ ਹੀ ਡਾਕਟਰ ਦੇ ਸਾਈਨ ਨੇ। ਫਿਰ ਉਸਨੂੰ ਕਿਵੇਂ ਪ੍ਰਵਾਨ ਕੀਤਾ ਹੈ ਪੰਜਾਬ ਪੁਲਿਸ ਨੇ, ਕਿਵੇਂ ਉਸਨੂੰ ਮੰਨ ਲਿਆ? ਹੋ ਸਕਦਾ ਹੈ ਕਿ ਪੰਜਾਬ ਪੁਲਿਸ ਇਸ 'ਤੇ ਕੋਈ ਇਤਰਾਜ਼ ਖੜ੍ਹਾ ਕਰੇ, ਕਿਉਂਕਿ ਹੁਣ ਤੱਕ ਕੋਈ ਜਾਣਕਾਰੀ ਨਹੀਂ ਆਈ ਸੀ। ਹੋ ਸਕਦਾ ਹੈ ਕਿ ਆਉਂਦੇ ਕੁਛ ਘੰਟਿਆਂ ਤੱਕ ਜਾਂ ਕੱਲ੍ਹ ਨੂੰ ਪੰਜਾਬ ਪੁਲਿਸ ਇਸ 'ਤੇ ਆਪਣੀ ਸਟੇਟਮੈਂਟ ਕੱਢੇ ਕਿ ਸੈਣੀ ਨੇ ਕੋਈ ਹੋਰ ਜਿਹੜੀ ਗਲਤੀ ਉਹ ਕੀਤੀ ਹੈ। ਵਕੀਲ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ 5 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਸੈਣੀ ਦੀ ਪੇਸ਼ੀ ਹੋਏਗੀ, ਜਿਸ ਦੇ ਵਿੱਚ ਉਹਨੂੰ ਜਵਾਬ ਦੇਣਾ ਪਏਗਾ ਕਿ ਉਹ ਜਾਂਚ ਟੀਮ ਦੇ ਨਾਲ ਉਸਨੇ ਸਹਿਯੋਗ ਦਿੱਤਾ ਕਿ ਨਹੀਂ ਦਿੱਤਾ, ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਇਸ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਸੀ ਤਾਂ ਸਾਫ਼ ਤੌਰ 'ਤੇ ਇਹ ਵੀ ਕਿਹਾ ਸੀ ਕਿ ਇਹ ਸ਼ਰਤ ਹੈ ਕਿ ਸੁਮੇਧ ਸੈਣੀ ਜਾਂਚ ਟੀਮ ਦੇ ਵਿੱਚ ਜਾਂਚ ਟੀਮ ਨਾਲ ਸਹਿਯੋਗ ਦੇਵੇਗਾ, ਕਿ ਸੁਮੇਧ ਸੈਣੀ ਜਾਂਚ ਟੀਮ ਦੇ ਨਾਲ ਪੂਰਾ ਪੂਰਾ ਸਹਿਯੋਗ ਦੇਵੇਗਾ, ਜਾਂਚ ਦੇ ਵਿੱਚ ਪੂਰਾ ਪੂਰਾ ਸਹਿਯੋਗ ਦੇਵੇਗਾ, ਸਾਥ ਦੇਵੇਗਾ ਜਦੋਂ ਉਹਨੂੰ ਬੁਲਾਇਆ ਜਾਵੇਗਾ। 7 ਦਿਨ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਸਿੱਟ ਮੁਲਜ਼ਮ ਨੂੰ ਬੁਲਾਉਂਦੀ ਹੈ ਤਾਂ ਮੁਲਜ਼ਮ ਉਸੇ ਸਮੇਂ 'ਤੇ ਉੱਥੇ ਹਾਜ਼ਰ ਹੋਵੇ, ਥਾਣੇ ਦੇ ਵਿੱਚ ਸਿੱਟ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਹਾਜ਼ਰ ਹੋਵੇ। ਪਰ ਸੁਮੇਧ ਸੈਣੀ ਨੇ ਪਹਿਲਾਂ ਤਾਂ ਜਦੋਂ ਪਹਿਲੀ ਵਾਰੀ ਨੋਟਿਸ ਭੇਜਿਆ ਸੀ ਉਹ ਤਾਂ ਪਹੁੰਚਿਆ ਹੀ ਨਹੀਂ, ਹਾਈਕੋਰਟ ਪਹੁੰਚ ਗਿਆ ਸੀ। ਦੂਸਰੀ ਵਾਰੀ ਸੁਮੇਧ ਸੈਣੀ ਪਹੁੰਚਿਆ, ਤੀਸਰੀ ਵਾਰੀ ਫਿਰ ਬਿਮਾਰੀ ਦਾ ਬਹਾਨਾ ਲਾ ਦਿੱਤਾ। ਐਮਰਜੈਂਸੀ ਬੁਲੇਟਿਨ ਦੇ ਵਿੱਚ ਦੂਸਰੀ ਖਬਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਜੀਓ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਸਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ ਅਤੇ ਕਿਸਾਨਾਂ ਨੇ ਅੱਜ ਇਸ ਦੀ ਸ਼ੁਰੂਆਤ ਕਰ ਵੀ ਦਿੱਤੀ ਹੈ। ਅੰਮ੍ਰਿਤਸਰ ਦੇ ਵਿੱਚ ਦੇਵੀਦਾਸਪੁਰਾ ਰੇਲਵੇ ਟਰੈਕ ਦੇ ਉੱਤੇ ਲਗਾਤਾਰ ਅੱਜ 7ਵੇਂ ਦਿਨ ਕਿਸਾਨ ਡਟੇ ਹੋਏ ਨੇ ਅਤੇ ਉਹਨਾਂ ਨੇ ਇਸ ਮੌਕੇ ਜੀਓ ਦੇ ਸਿਮ ਅਤੇ ਜੀਓ ਦੇ ਰਿਲਾਇੰਸ ਦੇ ਪੋਸਟਰ ਜਿਹੜੇ ਸਾੜ ਕੇ, ਅੱਗ ਦੇ ਨਾਲ ਸਾੜ ਕੇ ਇਸ ਸੰਘਰਸ਼ ਦੀ ਸ਼ੁਰੂਆਤ ਕੀਤੀ, ਇਸ ਬਾਈਕਾਟ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਰਕਾਰ ਖੇਡਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਕਾਰਨ ਹੀ ਸਰਕਾਰ ਲੋਕ ਵਿਰੋਧੀ ਫੈਸਲੇ ਲੈਂਦੀ ਹੈ ਤਾਂ ਕਿ ਇਹਨਾਂ ਨਿੱਜੀ ਕੰਪਨੀਆਂ ਨੂੰ ਫਾਇਦਾ ਹੋ ਸਕੇ। ਇਸ ਕਰਕੇ ਤੁਸੀਂ ਇਸ ਬਾਈਕਾਟ ਦੇ ਸੱਦੇ ਨੂੰ ਪੂਰਾ ਹੁੰਗਾਰਾ ਦਿਓ। ਸੋ ਪੰਜਾਬ ਦੇ ਕਿਸਾਨਾਂ ਨੇ ਇਹ ਅਪੀਲ ਹੈ ਜਿਹੜੀ ਕੀਤੀ ਹੈ ਅਤੇ ਅੱਜ ਤੋਂ
ਤੋਂ ਇਸ ਮੁਹਿੰਮ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਹੈ। ਹੁਣ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਕਿੰਨੇ ਵੱਡੇ ਪੱਧਰ 'ਤੇ ਇਸ ਨੂੰ ਹੁੰਗਾਰਾ ਮਿਲਦਾ ਹੈ, ਕਿਉਂਕਿ ਰਿਲਾਇੰਸ ਦੇ ਸਮਾਨ ਦੇ ਨਾਲ ਬਾਜ਼ਾਰ ਭਰੇ ਪਏ ਨੇ। ਰਿਲਾਇੰਸ ਫਰੈਸ਼, ਜੀਓ ਮਾਰਟ, ਰਿਲਾਇੰਸ ਦੇ ਫੋਨ, ਰਿਲਾਇੰਸ ਦੇ ਸਿਮ, ਰਿਲਾਇੰਸ ਦੇ ਕੱਪੜੇ, ਹਰ ਮਾਲ ਦੇ ਵਿੱਚ ਰਿਲਾਇੰਸ ਦੀ ਦੁਕਾਨ ਹੁੰਦੀ ਹੈ, ਹਰ ਬਾਜ਼ਾਰ ਦੇ ਵਿੱਚ ਰਿਲਾਇੰਸ ਦੇ ਜਿਹੜੇ ਸਟੋਰ ਹੁੰਦੇ ਨੇ, ਅਤੇ ਹਰ ਕਈ ਕਿਲੋਮੀਟਰ ਬਾਅਦ ਰਿਲਾਇੰਸ ਦੇ ਪੈਟਰੋਲ ਪੰਪ ਤੁਹਾਨੂੰ ਮਿਲ ਜਾਣਗੇ। ਸੋ ਦੇਖਣਾ ਹੋਏਗਾ ਕਿ ਬਾਈਕਾਟ ਹੈ ਜਿਹੜਾ ਉਹਨੂੰ ਕਿੰਨਾ ਕੁ ਭਰਮਾ ਹੁੰਗਾਰਾ ਮਿਲਦਾ ਪੰਜਾਬ ਦੇ ਲੋਕਾਂ ਦਾ। ਜੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਉਹਨਾਂ ਦੀਆਂ ਵਸਤੂਆਂ ਦਾ ਬਾਈਕਾਟ ਕਰਨ 'ਚ ਕਾਮਯਾਬ ਹੋ ਗਏ ਤਾਂ ਪੰਜਾਬ ਅਤੇ ਦੇਸ਼ ਦੀ ਖੇਤੀ ਵੱਧ ਜੂਗੀ। ਅਗਲੀ ਖਬਰ ਵੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਹੁਣ ਕਾਂਗਰਸ ਦੇ ਕੌਮੀ ਲੀਡਰ ਪਹੁੰਚਣਗੇ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਟਰੈਕਟਰ ਰੈਲੀਆਂ ਕੱਢਣਗੇ ਅਤੇ ਰੈਲੀਆਂ 2 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਜਾਣਕਾਰੀ ਦੇ ਮੁਤਾਬਿਕ 3 ਦਿਨ ਦਾ ਪੰਜਾਬ ਦੌਰਾ ਹੋਏਗਾ ਇਹ ਰਾਹੁਲ ਗਾਂਧੀ ਦਾ, ਅਤੇ ਮੋਗਾ ਜ਼ਿਲ੍ਹੇ ਤੋਂ 2 ਅਕਤੂਬਰ ਨੂੰ ਸ਼ੁਰੂਆਤ ਕੀਤੀ ਜਾਏਗੀ। ਹਾਲਾਂਕਿ ਪਾਰਟੀ ਨੇ ਅਧਿਕਾਰਿਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ, ਪਰ ਇਹ ਖਬਰ ਪੱਕੀ ਹੈ ਕਿ 2 ਅਕਤੂਬਰ ਨੂੰ ਮੋਗਾ, 3 ਨੂੰ ਸੰਗਰੂਰ ਅਤੇ 4 ਅਕਤੂਬਰ ਨੂੰ ਪਟਿਆਲਾ ਦੇ ਵਿੱਚ ਉਹ ਟਰੈਕਟਰ ਰੈਲੀ ਕੱਢ ਸਕਦੇ ਨੇ। ਇਹ ਸੂਤਰਾਂ ਤੋਂ ਮਿਲੀ ਹੋਈ ਜਾਣਕਾਰੀ ਹੈ। ਅਤੇ ਉੱਧਰ ਅਕਾਲੀਆਂ ਦੇ ਸੰਘਰਸ਼ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਨੇ 1 ਅਕਤੂਬਰ ਨੂੰ ਜਿਹੜਾ ਆਪਣਾ ਪ੍ਰੋਗਰਾਮ ਐਲਾਨਿਆ ਸੀ ਉਹਦੇ ਵਿੱਚ ਥੋੜ੍ਹਾ ਬਦਲਾਅ ਕੀਤਾ। ਹੁਣ ਇਕੱਠ ਹੈ ਜਿਹੜਾ ਉਹ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ 'ਚ ਨਹੀਂ ਕੀਤਾ ਜਾਏਗਾ, ਬਲਕਿ ਅਕਾਲੀ ਦਲ ਚੰਡੀਗੜ੍ਹ ਨੂੰ ਦੋਵਾਂ ਪਾਸਿਆਂ ਤੋਂ ਘੇਰੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇੱਕ ਵੱਡੇ ਕਾਫਲੇ ਦੇ ਨਾਲ ਚੰਡੀਗੜ੍ਹ ਲਈ ਰਵਾਨਾ ਹੋਣਗੇ, ਅਤੇ ਦੂਸਰਾ ਕਾਫਲਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਏਗਾ ਅਤੇ ਇੱਥੇ ਅਗਵਾਈ ਕਰਨਗੇ ਅਕਾਲੀ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ। ਤੀਸਰਾ ਜਿਹੜਾ ਅਕਾਲੀ ਦਲ ਦਾ ਕਾਫਲਾ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਮਾਲਵੇ ਦੀ ਧਰਤੀ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਚੱਲੇਗਾ ਅਤੇ ਪਟਿਆਲੇ ਤੋਂ ਚੰਡੀਗੜ੍ਹ ਪਹੁੰਚੇਗਾ। ਪਟਿਆਲੇ ਤੋਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ। ਇੱਥੇ ਪਹੁੰਚਣ ਤੋਂ ਬਾਅਦ ਸਾਰੇ ਜਿਹੜੇ ਕਾਫਲੇ ਇਕੱਠੇ ਹੋ ਕੇ ਪੰਜਾਬ ਦੇ ਰਾਜਪਾਲ ਨੂੰ ਇਹਨਾਂ ਦਾ ਇੱਕ ਵਫਦ ਮਿਲੇਗਾ ਅਤੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇਵੇਗਾ। ਯਾਨੀ ਕਿ ਅਕਾਲੀ ਦਲ ਹੈ ਜਿਹੜਾ ਉਹ 3 ਪੰਜਾਬ ਦੇ ਵਿੱਚ ਜਿਹੜੇ ਤਖਤ ਨੇ ਸਿੱਖ ਕੌਮ ਦੇ, ਉੱਥੋਂ ਆਪਣਾ ਜਿਹੜੀ ਇਹ ਕਾਫਲਾ ਹੈ ਇਹ ਸੰਘਰਸ਼ ਹੈ ਉਹ ਚਾਲੂ ਕਰੇਗਾ 1 ਅਕਤੂਬਰ ਵਾਲਾ। ਪਹਿਲਾਂ ਸਿਰਫ ਇਹੀ ਸੀ ਕਿ ਦੁਸ਼ਹਿਰਾ ਗਰਾਊਂਡ ਜਿਹੜਾ ਮੋਹਾਲੀ ਦਾ ਉਹਦੇ ਵਿੱਚ ਇਕੱਠ ਕੀਤਾ ਜਾਏਗਾ, ਉੱਥੋਂ ਲੈ ਕੇ ਰਾਜਪਾਲ ਦੀ ਕੋਠੀ ਤੱਕ ਜਾਣਗੇ, ਪਰ ਹੁਣ 3 ਤਖਤਾਂ ਤੋਂ ਵੱਖਰੋ ਵੱਖਰੇ ਲੀਡਰਾਂ ਦੀ ਅਗਵਾਈ ਦੇ ਵਿੱਚ ਆਇਆ ਜਾਵੇਗਾ। ਅਤੇ ਕੁਛ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਪੰਥਕ ਲੀਡਰ ਨੇ, ਉਹ ਵੀ ਕਹਿ ਰਹੇ ਨੇ ਕਿ ਹੁਣ ਜਿਹੜੇ ਅਕਾਲੀ ਦਲ ਹੈ ਉਹ ਆਪਣੀ ਸਿਆਸਤ ਦੇ ਲਈ ਤਖਤਾਂ ਨੂੰ ਵਰਤ ਰਿਹਾ ਹੈ। ਇਹੀ ਕਾਰਨ ਹੈ ਕਿ 3 ਤਖਤਾਂ ਤੋਂ ਅਕਾਲੀ ਦਲ ਨੇ ਇਹ ਸ਼ੁਰੂਆਤ ਕੀਤੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ, ਯੂਪੀ ਦੇ ਹਾਥਰਸ ਦੇ ਵਿੱਚ ਜਿਹੜੀ ਇੱਕ ਘਿਨੌਣੀ ਵਾਰਦਾਤ ਵਾਪਰੀ ਹੈ, ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਹੈ, ਉਸ ਦੇ ਵਿੱਚ ਜਿਹੜੀ ਗੈਂਗਰੇਪ ਪੀੜਤਾ ਲੜਕੀ ਹੈ ਉਸਦਾ ਅੰਤਿਮ ਸੰਸਕਾਰ ਪੁਲਿਸ ਨੇ ਧੱਕੇ ਨਾਲ ਕਰਤਾ ਪਰਿਵਾਰ ਨੂੰ ਬੰਦੀ ਬਣਾ ਕੇ। ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਵਿੱਚ ਕੱਲ੍ਹ ਪੀੜਤਾ ਦੀ ਮੌਤ ਹੋ ਗਈ ਸੀ, ਸਿਰਫ 19 ਸਾਲ ਦੀ ਉਮਰ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਅਤੇ ਪੁਲਿਸ ਨੇ ਬੰਦੀ ਬਣਾ ਦਿੱਤਾ ਅਤੇ ਲਾਸ਼ ਵੀ ਘਰ ਨਹੀਂ ਲਿਆਉਣ ਦਿੱਤੀ। ਮਾਮਲੇ ਨੂੰ ਰਫਾ ਦਫਾ ਕਰਨ ਦੇ ਇਰਾਦੇ ਦੇ ਨਾਲ ਸਰਕਾਰ ਨੇ ਲੜਕੀ ਦਾ ਸੰਸਕਾਰ ਰਾਤ ਨੂੰ ਹੀ ਕਰਵਾ ਦਿੱਤਾ, ਇਹ ਕਹਿਣਾ ਹੈ ਪਰਿਵਾਰ ਵਾਲਿਆਂ ਦਾ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸਪੈਸ਼ਲ ਜਾਂਚ ਟੀਮ ਵੀ ਬਣਾ ਦਿੱਤੀ ਹੈ ਅਤੇ ਇਹ ਮਾਮਲਾ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਚੱਲੂਗਾ, ਇਹ ਵੀ ਹੁਕਮ ਦੇ ਦਿੱਤਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਹੈ ਕਿ 28 ਸਾਲ ਪੁਰਾਣੇ ਬਾਬਰੀ ਮਸਜਿਦ ਦੇ ਮਾਮਲੇ ਦੇ ਵਿੱਚ ਅਡਵਾਨੀ ਸਮੇਤ 32 ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। 6 ਦਸੰਬਰ 1992 ਨੂੰ ਅਯੋਧਿਆ ਦੇ ਵਿੱਚ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਨੂੰ CBI ਦੇ ਵਿਸ਼ੇਸ਼ ਜੱਜ ਨੇ ਆਪਣਾ ਫੈਸਲਾ ਸੁਣਾ ਕੇ ਖਤਮ ਕਰ ਦਿੱਤਾ ਹੈ। ਸੁਣਵਾਈ ਦੌਰਾਨ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਕੁੱਲ 49 ਮੁਲਜ਼ਮ ਸੀ, ਜਿਨ੍ਹਾਂ ਵਿੱਚੋਂ 32 ਜਿਉਂਦੇ ਅਤੇ 17 ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ 28 ਸਾਲ ਬਾਅਦ ਇਸ ਕੇਸ ਦੇ ਬਾਕੀ 32 ਮੁਲਜ਼ਮਾਂ 'ਤੇ ਫੈਸਲਾ ਸੁਣਾਉਂਦਿਆਂ ਸਭ ਨੂੰ ਬਰੀ ਕਰ ਦਿੱਤਾ ਹੈ। ਮੁੱਖੇ ਦੇ ਵਿੱਚ ਜਿਹੜੇ ਮੁਲਜ਼ਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਵਿਨੈ ਕਟਿਆਰ, ਰਾਮ ਵਿਲਾਸ ਵੇਦਾਂਤੀ, ਬ੍ਰਜਭੂਸ਼ਣ ਸ਼ਰਨ ਸਿੰਘ ਸਮੇਤ ਜਿੰਨੇ 32 ਜਣੇ ਮੁਲਜ਼ਮ ਸੀਗੇ ਉਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਗਏ ਨੇ। ਅਤੇ ਅਦਾਲਤ ਨੇ ਇਹ ਕਿਹਾ ਕਿ ਬਾਬਰੀ ਮਸਜਿਦ ਨੂੰ ਯੋਜਨਾ ਤਹਿਤ ਨਹੀਂ ਢਾਇਆ ਗਿਆ। ਅਦਾਲਤ ਨੇ ਇਹ ਵੀ ਕਿਹਾ ਕਿ ਅਰਾਜਕ ਤੱਤਾਂ ਨੇ ਢਾਂਚਾ ਸੁੱਟਿਆ ਸੀ ਅਤੇ ਦੋਸ਼ੀ ਨੇਤਾਵਾਂ ਨੇ ਇਹਨਾਂ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਸੀ। ਯਾਨੀ ਕਿ ਜਿਹੜੇ ਲੋਕ ਇਹਦੇ ਵਿੱਚ ਫਸੇ ਹੋਏ ਸੀ ਉਹ ਸਾਰੇ
कल्प्रिट नहीं है वो सारे बचाने वाले सी ते कुछ होर लोगों ने जिन्हों अराजक तत्व का नाम दिता गया पर अराजक तत्व केड़े सीगे कि वह लभे नहीं जां लभे जा सकणगे कदी ये सवाल है जिहड़ा इस तरह ही रह जूगा ये CBI की विशेष अदालत ने फैसला सुनाया है। इस मसले के उत्ते हुण सारे लीडर के प्रतिक्रम ने जिहड़े वो आ रहे ने। सोनिया गांधी कांग्रेस प्रधान उन्होंने कहा है कि विशेष अदालत का जिहड़ा फैसला है वह सुप्रीम कोर्ट के फैसले के उल्ट है। शिवसेना ने भी कहा है कि अयोध्या फैसले तो बाद ये जिहड़ा बाबरी मामला है वह बिल्कुल ही खत्म ही हो चुकिया सीगा ते सानू इस एपीसोड नू भुल जाना चाहिए। एमरजेंसी बुलेटिन दे विच अगलियां खबरां औरतों के नाल जुड़िया हुई ने। पंजाब दे विच घरेलू कलेशां दे मामले लगातार वधदे जा रहे ने। पंजाब राज महिला कमिशन की चेयरपर्सन मनीषा गुलाटी के मुताबिक पंजाब घरेलू कलेशां दा गढ़ बन चुका है। मनीषा गुलाटी के मुताबिक पिछले 6 महीनों में 30,000 तो भी वध घरेलू शिकायतां पहुंचिया ने ते हर रोज़ 200 शिकायत मिल रही ने। उन्होंने कहा कि इन केसों के वड्डी गिनती च औरतां ही शिकार हो रही ने ते ए मामले वधिया घरां तो सामने आ रहे ने। नहीं कि जिहड़े जिहड़े गरीब लोग होंदे ने गरीब परिवार होंदे ने वह कलेश ज़्यादा करते हैं जिहड़े चंगे भले सरदे पुजदे परिवार ने उत्थों कलेश के मामले सामने आ रहे ने। ते नैशनल क्राइम रिकॉर्ड ब्यूरो ने भी आंकड़े पेश किए ने कि साल 2019 दे विच हर दिन बलात्कार औसतन 87 मामले दर्ज हुए ने ते इस साल दे विच औरतां विरुद्ध अपराध के कुल 405,861 मामले दर्ज किए गए ने जो कि 2018 के मुकाबले 7% वध ने। यानी कि भारत दे विच मोदी सरकार दे हेठा इस मुल्क दे विच 7% अपराध औरतां दे खिलाफ वध्या है अते रोजाना 87 मामले ने जिहड़े ओह दर्ज किए जा रहे ने रेप दे। एमरजेंसी बुलेटिन देखने वाले सारे दर्शकों का धन्यवाद।